मुलाकात होंगे रहनी है सी। मैनीफेस्टो दे विच असी पाया किसे सरकार दे मैनीफेस्टो च तुसी हवा दी पानी या धरती दी बचाउण दी गल नहीं देखोगे। कोई लीडर जेड़ा थानू धरती पानी या हवा दी गल करदा नजर नहीं आ, क्योंकि धरती दी वोट नहीं हैगी, पानी दीआं वोटां नहीं हैगीआं, हवा दीआं वोटां नहीं हैगीआं। जे कितें वोटां होंदीआं इन्हां दीआं तुसीं देखदे इन्हां दे किनारे ही रहिंदे। ਉਹ ਸਿਰਫ ਵੋਟਾਂ ਨੂੰ ਸੰਬੋਧਨ ਕਰਦੇ ਨੇ ਜੀ, ਹੋਰ ਉਹ ਤੋਂ ਬਿਨਾਂ ਸੰਬੋਧਨ ਹੀ ਨਹੀਂ ਕਰਦੇ ਕਿਸੇ ਨੂੰ। ਮਰੋ ਖਪੋ ਜੋ ਮਰਜ਼ੀ ਕਰੋ, ਲਾਵਾਰ ਛੱਡ ਦਿੰਦੇ ਆ। ਹਾਂਜੀ ਜੀ, ਹੁਣ ਉਹਨਾਂ ਨੂੰ ਇਹ ਪਤਾ ਲੱਗਿਆ, ਇਸ ਤੋਂ ਪਹਿਲਾਂ ਤਾਂ ਸਕੂਲ ਅਤੇ ਹਸਪਤਾਲ ਵੀ ਉਹਨਾਂ ਦੇ ਮੈਨੀਫੈਸਟੋ 'ਚ ਨਹੀਂ ਸੀ, ਸਿਰਫ ਨਫ਼ਰਤ ਸੀ ਉਹਨਾਂ ਦੇ ਮੈਨੀਫੈਸਟੋ 'ਚ। ਆ ਬਰਾਦਰੀ, ਆ ਸਮਾਜ, ਆ ਧਰਮ, ਹੋਰ ਇਹਨਾਂ ਨੇ ਕੁਛ ਨਹੀਂ ਕੀਤਾ। ਸੋ ਅਸੀਂ ਆਉਣ ਸਾਰ ਬਜਟ ਵੀ ਰੱਖਿਆ, ਔਰ ਬਾਬਾ ਜੀ ਵਰਗੇ ਵਿਦਵਾਨ ਲੋਕਾਂ ਨੂੰ ਅਸੀਂ ਰਾਜ ਸਭਾ 'ਚ ਭੇਜਿਆ। ਔਰ ਦੇਖੋ, ਰਾਜ ਸਭਾ 'ਚ ਬਾਬਾ ਜੀ ਨੇ ਬੋਲਿਆ ਕਿ ਵੀ ਮੈਂ ਨਾ ਹਿੰਦੀ ਬੋਲ ਸਕਦਾ, ਨਾ ਮੈਂ ਅੰਗਰੇਜ਼ੀ ਬੋਲਦਾ, ਨਾ ਹੀ ਮੈਂ ਦੋਨੇ ਭਾਸ਼ਾਵਾਂ ਪੜ੍ਹ ਸਕਦਾ, ਪਰ ਜਿਹੜਾ ਤੁਸੀਂ ਮੈਨੂੰ ਰਾਜ ਸਭਾ ਦਾ ਸਾਰਾ ਪ੍ਰੋਗਰਾਮ ਦਿੰਦੇ ਹੋ, ਸਵਾਲਾਂ ਦੇ ਜਵਾਬ ਜੇ ਸਾਰੇ ਪੰਜਾਬ ਹਿੰਦੀ ਅਤੇ ਅੰਗਰੇਜ਼ੀ 'ਚ ਆਉਂਦੇ ਨੇ, ਪੰਜਾਬੀ 'ਚ ਕਰਕੇ ਦਿਓ, ਮੈਂ ਤਾਂ ਸਮਝ ਸਕੂੰਗਾ ਨਹੀਂ, ਮੈਂ ਰਾਜ ਸਭਾ ਦੇ ਵਿੱਚ ਫਿਰ ਕੀ ਕਰਦਾ। ਇਸ ਗੱਲ ਨੂੰ ਵੈਂਕਈਆ ਨਾਇਡੂ ਜੀ ਜਿਹੜੇ ਕਿ ਉਸ ਵੇਲੇ ਚੇਅਰਮੈਨ ਸੀਗੇ ਰਾਜ ਸਭਾ ਦੇ, ਉਹਨਾਂ ਨੇ ਬਕਾਇਦਾ ਤੌਰ 'ਤੇ ਸੀਰੀਅਸ ਲੈਂਦੇ ਹੋਏ ਅੱਜ ਰਾਜ ਸਭਾ ਦੇ ਵਿੱਚ ਜਿੰਨਾ ਵੀ ਮਟੀਰੀਅਲ ਹੈ ਉਹ ਹਿੰਦੀ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ 'ਚ ਵੀ ਛਾਪ ਕੇ ਆਉਂਦਾ। ਕਿਉਂਕਿ ਅਸੀਂ ਬਾਬਾ ਜੀ 'ਤੇ ਕੋਈ ਪ੍ਰੋਟੋਕੋਲ ਨਹੀਂ ਥੱਪਦੇ ਕਿ ਐਂ ਬੋਲਣਾ ਹੈ ਅਤੇ ਨਹੀਂ ਬੋਲਣਾ, ਨਾ ਮਰਜ਼ੀ ਹੈ ਜੀ, ਜੋ ਤੁਹਾਡੇ ਦਿਲ 'ਚ ਆਉਂਦਾ ਬੋਲੋ, ਕਿਉਂਕਿ ਸਾਨੂੰ ਪਤਾ ਜਦੋਂ ਬੋਲਣਗੇ ਸੱਚ ਬੋਲਣਗੇ, ਅਤੇ ਸੱਚ ਬੋਲਣ ਦਾ ਇੱਕੋ ਹੀ ਫਾਇਦਾ, ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ, ਜਿੱਥੇ ਬੋਲੋਗੇ ਜਾ ਕੇ ਸੱਚ ਹੀ ਬੋਲੋਗੇ, ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ। ਇਸ ਕਰਕੇ ਅਸੀਂ ਇਸ ਗੱਲ ਲਈ ਵਚਨਬੱਧ ਹਾਂ ਕਿ ਸਾਡਾ, ਮੈਂ ਪਾਰਲੀਮੈਂਟ 'ਚ, ਮੈਂ ਲੋਕ ਸਭਾ 'ਚ ਬੋਲਿਆ, ਮੈਂ ਕਿਹਾ ਜੀ ਪੰਜ ਆਬ, ਪੰਜ ਪਾਣੀ, ਸਾਡੇ ਸੂਬੇ ਦਾ ਨਾਂ ਹੀ ਪੰਜ ਆਬ ਰਹਿ ਗਿਆ, ਸਾਡੇ ਕੋਲ ਕੋਈ ਪਾਣੀ ਨਹੀਂ, ਨਾ ਸਿੰਚਾਈ ਵਾਲਾ ਪਾਣੀ ਹੈ ਸਾਡੇ ਕੋਲ, ਨਾ ਨਹਿਰਾਂ ਵਾਲਾ ਪਾਣੀ ਹੈ ਸਾਡੇ ਕੋਲ, ਨਾ ਧਰਤੀ ਵਾਲਾ, 600 ਫੁੱਟ 'ਤੇ ਚਲਾ ਗਿਆ ਸਾਡੇ ਪਿੰਡਾਂ ਵੱਲ, 600 ਫੁੱਟ 'ਤੇ ਬੋਰ ਲਾਉਣਾ 10 ਲੱਖ ਨੂੰ ਹੈ ਜੀ, ਸਾਰਾ ਪਾਣੀ ਜਿਹੜਾ ਥੱਲੇ ਚਲਾ ਗਿਆ, ਡਾਰਕ ਜ਼ੋਨ ਦੇ ਵਿੱਚ ਆ ਗਿਆ 80% ਪੰਜਾਬ, ਸਾਡਾ ਤਾਂ ਨਾਂ ਹੀ ਰਹਿ ਗਿਆ ਜੀ ਇਕੱਲਾ ਪਾਣੀ 'ਤੇ। ਅਗਲੀ ਪੀੜ੍ਹੀ ਵਾਸਤੇ ਅਸੀਂ ਪਾਣੀ ਛੱਡ ਕੇ ਨਹੀਂ ਜਾ ਰਹੇ ਜਿਸ ਤਰੀਕੇ ਨਾਲ ਚੱਲ ਰਹੇ ਹਾਂ। ਸੋ ਹੁਣ ਅਸੀਂ ਸਾਰਾ ਪਤਾ ਕੀਤਾ, ਨਹਿਰੀ ਵਿਭਾਗ ਨੂੰ ਬਿਠਾਇਆ, ਜਿੰਨੀਆਂ ਬਰਸਾਤੀ ਚੋਏ ਨਦੀਆਂ ਨਾਲੇ ਬੰਦ ਹੋ ਗਏ, ਲੋਕਾਂ ਨੇ ਵਾਹ ਲਏ, ਉਹ ਦਰਖਤ ਉੱਗੇ, ਸਾਰਿਆਂ ਨੂੰ ਦੁਬਾਰੇ ਜਿਉਂਦੇ ਕਰਾਂਗੇ ਜੀ, ਸਾਰਿਆਂ ਨੂੰ ਦੁਬਾਰੇ ਜਿਉਂਦੇ ਕਰਾਂਗੇ। ਪਰ ਧਰਤੀ ਦੇ ਵਿੱਚ ਪਾਣੀ ਜਾਣ ਦਾ ਕੋਈ ਜ਼ਰੀਆ ਹੈ ਹੀ ਨਹੀਂ, ਜਾਂ ਤਾਂ ਹੜ੍ਹ ਆਉਂਦੇ ਹੈ, ਵੇਸਟੇਜ ਜਾਂਦੀ ਹੈ, ਜਾਂ ਸੁੱਕਾ ਹੈ। ਸੋ ਜੇ ਅਸੀਂ ਧਰਤੀ ਦੇ ਵਿੱਚ ਪਾਣੀ ਰੀਚਾਰਜ ਵਾਲਾ ਕਰ ਲਈਏ ਕੰਮ, ਅਸੀਂ ਇਸ ਵਕਤ ਮਹਾਂਪੁਰਸ਼ ਬੈਠੇ ਨੇ, ਉਹਨਾਂ ਦਾ ਪਤਾ ਹੈ, ਪੰਜਾਬ ਦਾ ਸਿਰਫ 33-34% ਪਾਣੀ ਇਸਤੇਮਾਲ ਕਰ ਰਹੇ ਹਾਂ ਨਹਿਰੀ, ਰਾਜਸਥਾਨ 90 ਤੋਂ ਉੱਪਰ ਹੈ, 90% ਤੋਂ ਉੱਪਰ। ਜੇ ਅਸੀਂ 34 ਨੂੰ ਪਹਿਲੇ ਪੜਾਅ 'ਚ 60-65 'ਤੇ ਲੈ ਜਾਈਏ, 14 ਲੱਖ ਟਿਊਬਵੈੱਲ ਨੇ, ਮੈਂ ਸ਼ਰਤ ਲਾ ਕੇ ਕਹਿੰਦਾ 4 ਲੱਖ ਟਿਊਬਵੈੱਲ ਬੰਦ ਹੋ ਜਾਣਗੇ, ਕਿਉਂਕਿ ਪਾਣੀ ਉਹਨਾਂ ਕੋਲ ਨਹਿਰੀ ਪਹੁੰਚਣ ਲੱਗ ਜਾਊਗਾ। ਉਹ ਟਿਊਬਵੈੱਲ ਬੰਦ ਹੋਣਗੇ ਥੱਲੋਂ ਪਾਣੀ ਬਚੂਗਾ, ਟਿਊਬਵੈੱਲ ਬੰਦ ਹੋਣਗੇ ਬਿਜਲੀ ਦਾ ਖਰਚਾ ਬਚੂਗਾ ਸਰਕਾਰ ਦਾ ਖਰਚਾ ਬਚੂਗਾ, ਖਜ਼ਾਨੇ 'ਚ 4 ਪੈਸੇ ਹੋਣਗੇ, ਖਜ਼ਾਨੇ 4 ਪੈਸੇ ਹੋਣਗੇ ਤਾਂ ਉਹ ਤੁਹਾਡੇ ਇਨਫਰਾਸਟ੍ਰਕਚਰ 'ਤੇ, ਤੁਹਾਡੇ ਸਕੂਲਾਂ 'ਤੇ, ਹਸਪਤਾਲਾਂ 'ਤੇ ਲਾਵਾਂਗੇ। ਸਾਈਕਲ ਹੈ, ਇੱਕ ਸਰਕਲ ਹੈ। ਮੈਂ ਤੇਲੰਗਾਨਾ ਗਿਆ,
उन्होंने चैक डैम बना रखे ने हरेक पिंड च टोब्या ते दो दो सौ ढाई ढाई सौ किलिया ते एक चैक डैम बना लिया ते बना के उसे चो पानी छड़दे ने ट्यूबवैल नहीं वो चलन दिंदे। उन्हां कोले गोदावरी नदी है, सिर्फ गोदावरी नदी नू पंजाह पंजाह मीटर तहां चक के 600 मीटर जानी के अद्धा किलोमीटर तो उपर जाके पानी उन्होंने डैम बनाया उत्थों थले नू छड़दे ने, क्योंकि एंटी ग्रैविटी है भूगोलिक स्थिति तेलंगना की प्रभाव जिहड़ा प्रभाव है जिहड़ा बहा है वह उल्टे पासे है। पर साडे कोले कुदरत साडे नाल इधरों पानी आउंदा इधर नू जांदा है, सारा पंजाब जिहड़ा वह ग्रैविटी दे फेवर है, इत्थों पानी छड्डोंगे इधर नू जाऊगा। सो असी वह भी असी उत्थों तो उन्हां तों लैके आए हां, अफसरां नाल लैके गए सी, वह भी असी लागू करांगे। इस तो पहला की सी असी सरकार किसान मिलनी की थी पीएयू च एग्रीकल्चर यूनिवर्सिटी, पहली सरकार किसान मिलनी, सरकार मिली नहीं कदे किसानां नूं भी की बीज रहे हो, केड़ी स्प्रे करोगे, केड़ियां पिछले साल दिक्कतां आईयां सी, बिजली किन्नी चाहिए है, किन्ने बजे चाहिए है, ना असी वो कोई मिलनी दे विच कोई रैली नहीं रखी। असी अलग अलग असी कैबन बना ले, स्टॉल लाते, बांसमती वाले इधर आ जाओ जी, उत्थे सारे कंप्यूटर दे के पीएयू दे सारे बांसमती नाल जिहड़े एक्सपर्ट जिहड़े साइंटिस्ट ने उह बिठाते, आलू वाले इधर आ जाओ जी, पीआर 126 वाले इधर आ जाओ जी, नरमे वाले इधर आ जाओ जी, कपाह वाले इधर आ जाओ, मक्की वाले दसो जी की समस्यावां ने, तुसीं हैरान हो जाओगे। नरमे वाले कहिंदे फाजिलका बोर वाले कहिंदे जी अप्रैल ते नरमा बीजदे आ, पहला पानी 5-7 अप्रैल नूं लग जांदा ते दूजा पानी 1 हफ्ते बाद लग जांदा, जे 2-3 पानी साडे नहर नाल लग जाण नरमे नूं जां कपाल नूं साडा बूटा इन्ना तकड़ा हो जूगा कि किसी किस्म की कोई सुंडी या मक्खी नुकसान नहीं पहुँचा सकती। असी कहा जी ये पक्की गल है, कहने हाँ जी असी आपके तजर्बे चो कहने, उत्थे ही अफसर बैठे सी, असी कहा भी जो मर्जी करो, हम ये असी मैं फरवरी की गल करदा, फरवरी उन्होंने कहा सानू, असी कहा थोड़े को पानी पहुँचूगा अप्रैल के पहले हफ्ते, असी सारा प्रबंध करके अप्रैल के पहले हफ्ते जी बाबा जी गल कर रहे सी जिहड़ी मंत्री साहब गल कर रहे सी, फाजिलका अबोर पन्नी वाले अरनी वाले लंबी हलके दे पिंड जलालाबाद दे पिंड, पहली बार वो बुजुर्ग कहिंदे साडी जिंदगी च पहली बार असी अप्रैल च इस नहर च पानी देखा, उन्हें घ्यो दे दीवे लगाए जी पानी आ गया, क्योंकि इदू पहलां वाली सरकार ना आपदे पिंड तो बाद मंदी हो नहीं सी कि पंजाब हैगा, उत्थे पंजाब खत्म, दो नहर इन्हां दे खेतां च ही खत्म, खेतों ची नहर खत्म, अगे पंजाब ही नहीं है कहते बस। सो असी किसी टे मैनू हैरानी तो दुख उस वेले होया, मेरे को मोगे तो लोग आए कोकरी कल बड़े पिंड ने इधर चाकर ये पिंड बड़े ने, मोगे के लोग आए वो कहते जी असी टेलते हाँ साढ़े पानी का प्रबंध किया जाए, मैं क्या तो यकीन नहीं आया, मैं क्या कित गलती ना कह गया, मैं क्या की आख्या तुम दोबारा कहो, कहते जी असी टेलते हाँ भी सानू पानी का प्रबंध की, मोगा पंजाब का सेंटर है, देख लो सेंटर जे उत्थे भी टेल है फिर बॉडी कित्थे है बई, जे मोगा भी टेल है फिर पानी कित्थे है। सो मैं क्या तुसी तां पचाले पैंदे हो, कहते साडे कोल तां पानी आया नहीं, कदे कस्सियां ढह गईआं दबलियां, हुण असी कई स्कीमां इहो जिहियां ने जिहड़ी 90-10-80-20-70-30 वालियां स्कीमां ने भी 20 पैसे पाउणे ने पंजाब सरकार ने, 80 पैसे पाउणे ने सेंटर ने, ते पानी का कोई प्रोजेक्ट है साडे वल्लों भी 20 पैसे नहीं पाए जांदे सी उहनां सरकार पहले पिछलियां सरकारां वल्लों, वो 80 पैसे वापस चले जांदे सी। हुण जिवें एक स्कीम है कि जे तुसी अंडरग्राउंड पाइपां पाउणियां ने खेतां वास्ते ते पॉइंट रखणे ने आपदे खेत वास्ते, भी घंटा बारी मेरी है
डेढ़ घंटा किसी होर दी है तो वो की है 90-10 है 90 पैसे सेंटर दे 10 पैसे पंचायत वालों हूँ कई पंचायतों को जमीन है नहीं कोई आमदनी है नहीं पंचायतों को 2 करोड़ का प्रोजेक्ट बन गया लागत का अंदाजा 20 लाख देना पैना 20 लाख है नहीं तो पैप नहीं पै रहे तो असी फिर कैबिनेट के फैसला किया कि लोगों तो किसी तो नहीं मंगने 10 पैसे वो पंजाब सरकार पाऊगी हरेक पिंड के अंडरग्राउंड पाइप पाना पानी पहुँचा असी पावे पैसे पंजाब सरकार को पैसे है खजाना कोई खाली नहीं होंगे नीत खाली हो जाती है उन्होंने नीत खाली सी ता करके खजाने खाली कर 13-14 महीना हो गए सरकार बनन तुम कहते मेरे मूहों सुने भी खजाना खाली है तो इन्होंने मूहों कहते सुने भी खजाना भरया हो कोई नवी सड़क नहीं बनाई खजाना किमें खाली हो गया कोई नवा हस्पताल नहीं बनाया खजाना किमें खाली हो गया कोई नवा स्कूल नहीं बनाया यूनिवर्सिटी नहीं बनाई खजाना किमें खाली हो गया कोई रोजगार नहीं दिता किसी को खजाना किमें खाली हो गया खजाना खाली हो गया क्योंकि खजाने जिहड़ा पैसा आउंदा सी उहदा मूंह अपने घर वल सी तां खाली हो गया हुण असीं उहदी लीकेज बंद करती हुण जे तुसीं खाल दे विच पाणी पाउंदे जगह जगह तो खड्डा लीक करी जाण क्यारे तक पानी पहुँचूगा पहले तो खाल कट के वो जो खबड़ खुबड़ जिहड़ा घाह घू जिहा साफ करके उहदे चेपे ला के चीकड़ी मिट्टी दे पक्की तरह खड्डा अंदरों बंद करनी पैणगियां खाल ते पानी लाउणे आपां खड्ड पै गई बाहरों इत्थे अड्डी मारोंगे इधरों निकलो इत्थे मारोंगे इधरों निकलो जिन्ना चिर अड्डी अंदर नहीं बजदी ना वह पानी बंद नहीं होंदा अपा इत्थे पटवारी फड़ लिया जेली फड़ लिया वो चंडीगढ़ बैठे ने जिहड़े वड्डे ने अड्डी चंडीगढ़ों बजे ना जो अंदर तो फिर इत्थे तक पानी पहुँचूगा असी होर 2-3 फैसले किए आने वाले दिनों थानू पता लगन लग जूगा सारे डीसीआं नू हुक्म किए हैं हफ्ते चो 2 दिन सोमवार बन लो वीरवार बन लो 2 दिन बन लो पिंडां च अनाउंसमेंट करनी है 4-5 पिंडां च भी बड़े पिंड का नाम लैके कि भाई इत्थे डीसी एडीसी एसडीएम एसएसपी सारे आउणगे कोई काम कराउणा होवे उस पिंड च आ जाइओ उस पिंड च 7 दे विच बैठो वधिया मंजे डाह के बिछा के पिंड दे लोग सेवा करन नू तां मन्ने होए आ असीं ते उत्थे ही लोकां दे काम करी चलो कंप्यूटर ते किसी का आधार कार्ड नाल संबंधित काम है MLA नू नाल बिठा लो किसी का कुछ है जे किसी का कागज घट्टा कह दो भी परसों नू भाई लैके आ जाओ परसों नू काम हो जूगा लोगों के काम उन्हां दे पिपलां बोड़ां थले होण जदों असीं वोटां मंगण जाने आ उह तां असीं कोई डेरा भी नहीं छड्दे उदों असीं कोई बाहर रहिंदे ने जिहड़े ढाणियां ते रोक लैंदे ने उत्थे भी जाके कहिंदे ने ख्याल रखियो जदों जित जांदे कहिंदे चंडीगढ़ आ जाओ क्यों की गल जी असीं चंडीगढ़ लोकां नू नहीं बुलाउणा असीं चंडीगढ़ नू लोकां दे कोले लै के आउणा है सो सरकार तुहाडे द्वार नाम दा प्रोग्राम है तुहाडे कोले अफसर आउणगे कैबिनेट भी इहीं करिया करांगे पिंडां च शहरां च हुणे असीं लुधियाणे कीती है कैबिनेट हुण वड्डे पिंडां च लैके जाओ सरकार सारी नाल होवे अफसर होण लोगों को लगे कि हाँ यार साड़ी सरकार साढ़े को आँदी है सानू हाल चाल पूछती है चंडीगढ़ जाना कितने सौखा जी चलो ये तो चल टोल प्लाजे मैं 10-11 थोड़े वाले इलाके बंद करते थोड़े तो बहुत ही ज़्यादा सी चंडीगढ़ जाने का मतलब एक दिन फुटना आ हूँ दफ्तर का टाइम बदलता 7:30 बजे करता ठंडे ठंडे जाके अपना काम करा लो 2 बजे वह भी वेले मुलाजम 2:30 बजे उन्होंने भी जवाक आ जाएंगे घरें वह भी आ जाएंगे ते पहला सी टाइम 9 to 5, 10 बजे आते 12:30 बजे लंच टाइम हुंदा तां उह 1 घंटे का सी पर रोटी खाधी 2 घंटे जांदी सी घट्टो घट्ट फिर रोटी खा के थोड़ा जिहा पचाउणी भी आ सैर भी करनी है 2-4 बासियां भी लैनी है इन्हे नूं 3:30 बज गए कौन आ चलो छड्डो यार चलीए कम ही नहीं हुंदा सी हुण 7:30 to 2 काम हो रहे ने और विरोध करन वाले की कह रहे ने सुखबीर बाल कहिंदा लै 7:30 to 2 करते इहदा मतलब साडियां जिहड़ियां मां भैणां नूं सवेरे 2:30 बजे उठना पै करूँ मैं कहा यार 2:30 नहीं होंगे 2:30 होंगे है ना
ਤੇ ਨਾਲੇ ਤੈਂ ਕੀ ਲੈਣਾ ਇਹਨਾਂ ਕੰਮਾਂ ਤੋਂ, ਤੂੰ ਤਾਂ ਉੱਠਦਾ ਹੀ 2 ਵਜੇ ਹੈ ਤੈਨ, ਉਹ ਤਾਂ ਸੁਖਬੀਰ ਬਲ ਤਾਂ ਜਦੋਂ ਉੱਠਿਆ ਕਰੂ ਉਦੋਂ ਤਾਂ ਦਫ਼ਤਰ ਬੰਦ ਹੋ ਜਾਇਆ ਕਰਨਗੇ, ਹੁਣ ਤਾਂ ਐਂ ਲੱਗੂਗਾ ਕਦੇ ਘਰ ਫੁੱਲ ਲੱਗਿਆ ਹੋਇਆ ਪੰਜਾਬ 'ਚ। ਸੋ ਉਹਨਾਂ ਕੋਲ ਉਹਨਾਂ ਦਾ ਕੋਈ ਇਸ ਕੰਮ ਨਾਲ ਲੈਣਾ ਦੇਣਾ ਨਹੀਂ, ਤੁਸੀਂ ਕੀ ਲੈਣਾ ਇਹਨਾਂ ਕੰਮਾਂ ਤੋਂ, ਠੀਕ ਹੈ ਨਾ, ਕਿਉਂਕਿ ਉਹ ਪਹਾੜਾਂ ਭੂੜਾਂ 'ਚ ਪੜ੍ਹੇ ਹੈ ਨਾ, ਉੱਥੇ 1:30 ਵਜਦਾ ਨਾ 2:30 ਵਜਦਾ, ਉੱਥੇ 2:30 and 1:30 ਹੁੰਦਾ। ਅਸੀਂ ਹੈਗੇ ਸਰਕਾਰੀ ਵਾਲੇ, ਅਸੀਂ ਤਾਂ ਘੜੀ ਦੀਆਂ ਸੂਈਆਂ ਚਰਪੀਆਂ ਐਂ ਦਿੰਦੇ ਰਹੇ ਜੀ, ਹੱਥ ਨਾਲ ਵੀ ਸੂਈ ਠੀਕ ਕਰ ਲੈਂਦੇ ਸੀ ਜੇ ਪਿੱਛੇ ਰਹਿੰਦੀ ਹੈ। ਉਹ ਅਸੀਂ ਆਏ ਹਾਂ ਪਿੰਡਾਂ 'ਚੋਂ, ਅਸੀਂ ਆਏ ਹਾਂ ਧਰਤੀ 'ਚੋਂ, ਅਸੀਂ ਆਏ ਹਾਂ ਧਰਤੀ ਦੇ ਬੋਰ ਦੇ ਟੋਇਆਂ 'ਚੋਂ। ਸਾਡੇ ਤੋਂ ਵੱਧ ਕੌਣ ਜਾਣਦਾ ਹੋਊਗਾ ਲੋਕਾਂ ਦੀਆਂ ਸਮੱਸਿਆਵਾਂ? ਸਾਡੇ ਤੋਂ ਵੱਧ ਕਿਹਨੂੰ ਪਤਾ ਕਿ ਗਰੀਬ ਦਾ ਚੁੱਲ੍ਹਾ ਕਿਵੇਂ ਚੱਲਦਾ? ਇਨੂਆਂ ਦੇ ਦਾਗ ਪੈ ਗਏ, ਮਾਵਾਂ ਭੈਣਾਂ ਦੇ ਇਨੂਆਂ ਦੇ ਦਾਗ ਪੈ ਗਏ ਇੱਥੇ। ਇਨੂ ਜਿਹਨੂੰ ਰੱਖਦੇ ਹਾਂ ਥੱਲੇ ਆਪਾਂ ਕੱਪੜਾ, ਉਹਨੂੰ ਇਨੂ ਕਹਿੰਦੇ ਆ। ਸਵੇਰੇ ਗੋਹੇ ਦਾ ਬੱਛੜ ਸਿਰ 'ਤੇ, ਫਿਰ ਕੱਖਾਂ ਵਾਲਾ ਟੋਕਰਾ ਸਿਰ 'ਤੇ, ਫਿਰ ਚਰੀ ਦੀ ਪੰਡ ਸਿਰ 'ਤੇ, ਫਿਰ ਲੱਕੜਾਂ ਦੀ ਭਰੀ ਸਿਰ 'ਤੇ ਇਨੂ ਰਹਿੰਦਾ। ਵਾਲ ਉੱਡ ਗਏ, ਇੱਥੋਂ ਦਾਗ ਪੈ ਗਏ। ਇਹਨਾਂ ਨੂੰ ਪੁੱਛ ਕੇ ਦੇਖੋ ਇਨੂ ਕੀ ਹੁੰਦਾ, ਆ ਜਿਹੜੇ ਲੀਡਰ ਨੇ ਕਦੇ ਖੇਤਾਂ 'ਚ ਗਏ ਹੋਣ, ਪਤਾ ਲੱਗੇ। ਸੋ ਇਸ ਕਰਕੇ ਆਹ ਪਾਣੀ ਜਿਹੜੇ ਨੇ ਸਾਡੇ ਲਈ ਬਹੁਤ ਵੱਡੇ ਫੰਕਸ਼ਨ ਨੇ। ਇਹ ਕਹਿੰਦੇ ਹੁਣ ਮੁੱਖ ਮੰਤਰੀ ਹਰੇਕ ਥਾਂ ਵੀ ਜਾ ਵੜਦਾ ਅਤੇ ਉੱਥੇ ਲੈ ਪਾਣੀ ਦਾ ਉਦਘਾਟਨ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਿੱਡਾ ਵੱਡਾ ਕੰਮ ਹੈ। ਇਹਨਾਂ ਨੇ ਕੀ ਕਰਨਾ ਸੀ, ਮੁੱਖ ਮੰਤਰੀ ਬਣੇ, ਮਹਿਲਾਂ ਦੀਆਂ ਕੰਧਾਂ 4-4 ਫੁੱਟ ਹੋਰ ਉੱਚੀਆਂ ਚੱਕ ਲਈਆਂ, ਦਰਵਾਜ਼ਾ ਤਾਂ ਚੱਕ ਲਓ, ਅੰਦਰੋਂ ਕੁੰਡਾ ਬੰਦ ਕਰ ਲਿਆ, ਔਡਰ ਕਰਤੇ ਆਮ ਲੋਕ ਨੇੜੇ ਨਾ ਆਉਣ। ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਲੋਕਾਂ ਨੇ ਬਾਹਰੋਂ ਕੁੰਡਾ ਬੰਦ ਕਰਤਾ, ਵੀ ਤੁਸੀਂ ਘਰੋਂ ਹੀ ਨਾ ਆਇਓ, ਹੁਣ ਬਾਹਰ ਉਹ ਅੰਦਰ ਹੀ ਬੈਠੇ ਨੇ ਘਰੇ, ਕੁਛ ਅੰਦਰ ਬੈਠੇ ਨੇ, ਜਿਹੜੇ ਬਾਹਰ ਨੇ ਉਹ ਅੰਦਰ ਜਾਣ ਨੂੰ ਤਿਆਰ ਨੇ, ਹੁਣ ਉਹ ਭ੍ਰਿਸ਼ਟਾਚਾਰ 'ਚ ਫਸ ਜਾਂਦੇ। ਆ ਤੁਹਾਡੇ ਵਾਲਾ ਜਿੰਪਾ ਸਾਹਿਬ, ਉਹ ਜਿਹੜਾ ਹੁਸ਼ਿਆਰਪੁਰ ਵਾਲਾ, ਉਹ ਆਪ ਹੀ ਪੈਸੇ ਲੈ ਕੇ ਆ ਗਿਆ, ਕਹਿੰਦਾ ਮੈਨੂੰ ਛੱਡ ਦਿਓ, ਅਸੀਂ ਕਿਹਾ ਆ ਜਾ ਹੁਣ ਤਾਂ ਪੜਾਂਗੇ। ਅਤੇ ਹੋਰ ਤਲਾਸ਼ੀ ਲਈ ਉਹਦੀ, ਉਹਦੇ ਕੋਲ ਮੈਰਿਜ ਪੈਲਸ ਨੇ, ਉਹਦੇ ਕੋਲ ਸ਼ੋਪਿੰਗ ਮਾਲ ਨੇ, ਉਹਦੇ ਕੋਲ ਹੋਟਲ ਨੇ, ਚਲੋ ਪੈਸਾ ਕਮਾਇਆ, ਅੱਬਰ ਦਾ ਪੈਸਾ ਕਮਾਇਆ, ਉਹ ਤਾਂ ਹੋਣ ਗਈ। ਘਰ ਦੀ ਤਲਾਸ਼ੀ ਲਈ ਮਹਿੰਗੇ ਸੋਫੇ, ਟੂਟੀਆਂ ਮਹਿੰਗੀਆਂ, ਇੱਕ ਚੀਜ਼ ਇਹੋ ਜਿਹੀ ਮਿਲੀ ਜਿਹਦੇ ਨਾਲ ਮੈਨੂੰ ਦੁੱਖ ਬਹੁਤ ਹੋਇਆ ਯਾਰ। ਫਿਰ ਇਸ ਕੰਮ ਵਾਸਤੇ ਭਗਤ ਸਿੰਘ ਹੋਰਾਂ ਨੇ ਆਪਣੀਆਂ ਜਾਨਾਂ ਦੇ ਕੇ, ਨੋਟ ਗਿਣਨ ਵਾਲੀ ਮਸ਼ੀਨ ਮਿਲੀ ਮੇਰੇ। ਨੋਟ ਗਿਣਨ ਵਾਲੀ ਮਸ਼ੀਨ ਕਿਸੇ ਦੇ ਘਰੇ ਕੀ ਕਰਦੀ ਹੈ? ਇਹਦਾ ਮਤਲਬ ਸਿੱਧਾ ਹੀ ਸਬੂਤ ਹੈ ਕਿ ਉਹ ਕਰਪਸ਼ਨ ਲੈ ਦੇ ਪੈਸੇ ਹਰ ਰੋਜ਼ ਲੈ ਕੇ ਆਉਂਦਾ ਸੀ। ਤੁਸੀਂ ਦੱਸੋ, ਸੱਚ ਬੋਲ ਦਿਓ, ਤੁਹਾਡੇ ਕਿਸੇ ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ? ਨੋਟ ਹੀ ਐਨੀ ਮਸ਼ੀਨ ਕਿੱਥੋਂ ਲੈ ਜੀ? ਜਿਨ੍ਹਾਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ, ਅਤੇ ਰਹਿੰਦਾ ਕਿੱਥੇ ਫਿਰ ਹੁਣ? ਉਹ ਘਰ ਜਿਹੜੇ ਵੱਡੇ ਵੱਡੇ ਮਹਿਲਾਂ ਵਰਗੇ ਪਾ ਲਏ, 4 ਡਰਾਇੰਗ ਰੂਮ ਹੈ, 4 ਡਰਾਇੰਗ ਰੂਮਾਂ ਦੇ ਨਾਮ ਅਲੱਗ ਅਲੱਗ ਨੇ, ਜਿਵੇਂ ਦਰਬਾਰੇ ਆਮ, ਦਰਬਾਰੇ ਖਾਸ, ਐਂ ਲਿਖਿਆ ਹੁੰਦਾ, ਐਂ ਸੀ। ਅਤੇ ਹੁਣ ਰਹਿੰਦਾ ਕਿੱਥੇ? ਇੰਨੀ ਘਰ ਕੋਠੀ ਜੀ ਬਸ ਉੱਥੇ ਨਾਲ ਲੈ ਜਾਣਗੇ। ਕਿਉਂ ਗਰੀਬਾਂ ਦਾ ਹੱਕ ਮਾਰਦੇ ਹੋ? ਕਿਉਂ ਗਰੀਬਾਂ ਨੂੰ ਜਿਉਣਾ ਦੁੱਭਰ ਕੀਤਾ ਤੁਸੀਂ? ਜਦੋਂ ਵੋਟਾਂ ਪੈਂਦੀਆਂ ਨੇ ਨਾ, ਨਾਲ ਇੱਕ ਐਫੀਡੈਵਿਟ ਦੇਣਾ ਪੈਂਦਾ ਕਿ ਤੁਹਾਡੇ ਕੋਲ ਪ੍ਰੋਪਰਟੀ ਕਿੰਨੀ ਹੈ, ਕਿੰਨੇ ਪਲਾਟ ਨੇ, ਕਿੰਨੀਆਂ ਗੱਡੀਆਂ ਨੇ, ਉਹਨਾਂ ਦੀ ਕੀਮਤ ਕਿੰਨੀ ਹੈ, ਕੈਸ਼ ਕਿੰਨਾ, ਗਹਿਣੇ ਕਿੰਨੇ ਨੇ, ਘਰ ਵਾਲੀ ਕੋਲ ਕਿੰਨਾ, ਸਾਰਾ ਦੱਸ ਪੈਂਦਾ। ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਜੀ ਨੇ 2019 'ਚ ਕਾਗਜ਼ ਭਰੇ, ਉਹ ਤਾਂ ਜਨਤਕ ਹੁੰਦਾ, ਉਹ ਤਾਂ ਸਾਰਾ ਜੋ ਮਰਜ਼ੀ ਦੇਖ ਲਓ, ਕਾਗਜ਼ ਭਰੇ, ਬਾਕੀ ਸਾਰੇ ਤਾਂ ਚਲੋ ਕਰੋੜਾਂ ਰੁਪਈਏ ਲਿਖਣੇ ਲਿਖਣੇ ਸੀ। ਸੋਨੇ ਵਾਲਾ ਕਲਮ ਭਰਿਆ, ਸੋਨੇ ਵਾਲਾ, ਮਾਵਾਂ ਭੈਣਾਂ ਬੈਠੀਆਂ, ਚਾਹ ਹੁੰਦਾ ਇਹਨਾਂ ਨੂੰ ਨੱਕ 'ਚ ਕੋਕਾ ਪਾਉਣ ਦਾ, ਕੰਨਾਂ 'ਚ ਸੋਨਾ ਪਾਉਣ ਦਾ, ਪਰ ਨਹੀਂ ਚਾਹ ਪੂਰਾ ਹੁੰਦਾ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ। ਪਰ ਇਹਨਾਂ ਦਾ ਫਰਕ ਕਿੰਨਾ ਦੇਖੋ, ਇਕੱਲੇ ਸੋਨੇ ਵਾਲਾ, ਸੋਨੇ ਵਾਲਾ ਖਾਨਾ ਭਰਿਆ ਵੀ ਮੇਰੇ ਕੋਲ ਸੋਨਾ ਕਿੰਨਾ, ਦੱਸਾਂ? ਕੋਈ ਦਿਲ ਦਾ ਮਰੀਜ਼ ਤਾਂ ਨਹੀਂ ਹੈ? 23.5 ਕਿਲੋ ਗਰੀਬਾਂ ਦੇ ਘਰੇ ਨੇ ਦਾਣੇ ਨਹੀਂ ਹੈਗੇ। ਇਹ ਕਿੱਥੋਂ ਆਇਆ ਸੋਨਾ ਜੀ? ਇਹ ਆਪਣਾ ਸੋਨਾ, ਤੁਹਾਡੇ ਜਵਾਕਾਂ ਦੇ ਹਿੱਸੇ ਦੀ ਪੜ੍ਹਾਈ ਖਾਂਦੇ ਆ ਤਾਂ ਸੋਨਾ ਬਣਦਾ, ਤੁਹਾਡੇ ਬਜ਼ੁਰਗਾਂ ਦੇ ਹਿੱਸੇ ਦੀ ਦਵਾਈ ਖਾਂਦੇ ਆ ਤਾਂ ਸੋਨਾ ਬਣਦਾ, ਦੁਕਾਨਦਾਰੀ ਖਾਂਦੇ ਆ ਤਾਂ ਸੋਨਾ ਬਣਦਾ, ਵਪਾਰੀ ਖਾਂਦੇ ਆ ਤਾਂ ਸੋਨਾ ਬਣਦਾ, ਸੜਕਾਂ ਖਾਂਦੇ ਆ, ਗਲੀਆਂ ਨਾਲੀਆਂ ਖਾਂਦੇ ਆ,
ਸ਼ਹੀਦਾਂ ਦੇ ਕੱਫਣ ਖਾ ਜਾਂਦੇ ਤਾਂ ਸੋਨਾ ਬਣਦਾ ਆਪਣੇ ਸੋਨਾ ਉਹ ਨਾਲ ਲੈ ਜਾਣਗੇ ਸੋ ਮੈਂ ਤਾਂ ਇਹੀ ਕਹਿਣਾ ਪਰਮਾਤਮਾ ਅੱਗੇ ਦੋ ਟਾਈਮ ਇਹੀ ਅਰਦਾਸ ਕਰੀਦੀ ਹੈ ਪਰਮਾਤਮਾ ਜਿਹੜੀ ਜ਼ਿੰਮੇਵਾਰੀ ਦੇ ਤੀ ਪਰ ਮੇਰਾ ਹੁਣ ਫਿਰ ਕੰਮ ਕਰਨ ਦਾ ਬਲ ਵੀ ਬਖਸ਼ੀ ਸਮਰੱਥ ਵੀ ਬਖਸ਼ੀ ਇਹੋ ਜਿਹੀ ਫਾਈਲਾਂ 'ਤੇ ਸਾਈਨ ਹੋਣ ਜਿਹਦੇ ਨਾਲ ਕਿਸੇ ਦਾ ਚੁੱਲ੍ਹਾ ਬਲਦਾ ਹੋਵੇ ਕਿਸੇ ਦੀ ਕਮੀਜ਼ ਦਰਜੀ 'ਤੇ ਚੜ੍ਹਦੀ ਹੋਵੇ 29,023 ਨੌਕਰੀਆਂ ਸਰਕਾਰੀ ਆਪਣੇ ਹੱਥੀਂ ਬਣ ਚੁੱਕੀਆਂ ਕੋਈ ਸਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਕੋਈ MLA ਕੋਲ ਜਾਣ ਦੀ ਲੋੜ ਨਹੀਂ ਪੈਣੀ ਬਲਕਿ MLA ਨੂੰ ਤਾਂ ਘਰੇ ਜਦੋਂ ਡੱਬਾ ਆਉਂਦਾ ਉਹਨੂੰ ਉਦੋਂ ਪਤਾ ਲੱਗਦਾ ਵੀ ਆਪਣੇ ਇਲਾਕੇ ਦੇ ਮੁੰਡਿਆਂ ਨੂੰ ਵੀ ਨੌਕਰੀਆਂ ਮਿਲ ਗਈਆਂ ਜੇ ਚੱਲਣਾ ਤਾਂ ਐਂ ਚੱਲੋ ਨਹੀਂ ਤਾਂ ਨਾ ਚੱਲੋ ਫਿਰ ਮੈਨੂੰ ਪੱਤਰਕਾਰ ਕਹਿੰਦੇ ਜੀ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ ਇਸ ਕੁਰਸੀ 'ਤੇ ਬਹਿ ਕੇ ਪਹਿਲਾਂ ਵੱਡਿਆਂ ਦੇ ਦਿਮਾਗ ਖਰਾਬ ਹੋ ਗਏ ਤੁਹਾਡਾ ਕਿਉਂ ਨਹੀਂ ਹੋਇਆ ਜੀ ਮੈਂ ਕਿਹਾ ਜੀ ਫਰਕ ਇਹ ਹੈ ਉਹ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਾ ਆਹ ਫਰਕ ਹੈ ਬਸ ਮੈਨੂੰ ਕਿਹੜਾ ਕੋਈ ਅਖਬਾਰ 'ਚ ਨਾ ਛਪਾਉਣ ਦਾ ਚਾਅ ਹੈ ਨਾ ਹੀ ਕੋਈ TV 'ਤੇ ਆਉਣ ਦਾ ਚਾਅ ਹੈ ਬਸ ਇੱਕੋ ਹੀ ਚਾਅ ਹੈ ਕਿ ਪੰਜਾਬ ਘੁੱਗ ਵੱਸਦਾ ਰਹੇ ਪੰਜਾਬ ਦੁਬਾਰੇ ਪੰਜਾਬ ਬਣ ਜੇ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਂਦੇ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦਿਉ ਸਾਡਾ ਪੰਜਾਬ ਸਾਡੇ ਕੋਲ ਆ ਜੇ ਹੱਸਦਾ ਖੇਡਦਾ ਕੁਸ਼ਤੀਆਂ ਘੁਲਦਾ ਫੌਜ ਦੇ ਜਰਨੈਲਾਂ ਵਾਲਾ ਪੰਜਾਬ ਉਹੀ ਪੰਜਾਬ ਬਣਾਉਣਾ ਦੁਬਾਰੇ ਬਸ ਇਹ ਔਰ ਮੇਰੇ ਕੋਲ ਫਾਈਲਾਂ ਆਉਂਦੀਆਂ ਨੇ ਕਈ ਵਾਰੀ ਤਾਂ ਬਾਬਾ ਜੀ ਮੈਂ ਹੈਰਾਨ ਰਹਿ ਜਾਂਦਾ ਵੀ ਅਜੇ ਤਰੀਕੇ ਲੱਭੇ ਖਾਣ ਦੇ ਵੀ ਕੋਈ ਛੱਡੀ ਨਹੀਂ ਕੁੰਡੀ ਇੱਧਰ ਦੀ ਪਾ ਕੇ ਉੱਧਰ ਦੀ ਪਾ ਕੇ ਤੁਹਾਨੂੰ ਇੱਕ ਗੱਲ ਦੱਸਦਾ ਵਿਜੀਲੈਂਸ ਵਾਲਿਆਂ ਨੇ ਦੱਸੀ ਮੈਨੂੰ ਇੱਕ ਤਹਿਸੀਲਦਾਰ ਫੜਿਆ ਵੀ ਤਹਿਸੀਲਦਾਰ ਪੈਸੇ ਲੈਂਦਾ ਅਸੀਂ ਉਹ 'ਤੇ ਨਿਗਾਹ ਰੱਖਣ ਲੱਗ ਗਏ ਇਹ ਪੈਸੇ ਲੈਂਦਾ ਹੀ ਨਹੀਂ ਸੀਗਾ ਅਸੀਂ ਕਿਹਾ ਯਾਰ ਪੈਸੇ ਤਾਂ ਲੈਂਦਾ ਨਹੀਂ ਲੋਕ ਕਹਿੰਦੇ ਲੈਂਦਾ ਪੈਸੇ ਅਸੀਂ ਕਿਹਾ ਯਾਰ ਫਿਰ ਕਿਵੇਂ ਕਰ ਪਤਾ ਕਰੀਏ ਚਲੋ ਬਥੇਰਾ ਉਹ 'ਤੇ CCTV ਕੈਮਰੇ ਲਾਏ ਨਾ ਜੀ ਕੋਈ ਪੈਸਾ ਨਹੀਂ ਫਿਰ ਥੋੜ੍ਹਾ ਜਿਹਾ ਇੱਕ ਫੌਜਾ ਮਿਲਿਆ ਇੱਕ ਉਹ ਕੀ ਕਰਦਾ ਸੀਗਾ ਜਿਹੜੀ ਰਜਿਸਟਰੀ ਆਉਂਦੀ ਸੀ ਉਹ ਥੋੜ੍ਹੀ ਜਿਹੀ ਰਜਿਸਟਰੀ ਦੇਖ ਕੇ ਕਹਿੰਦਾ ਸੀ ਰਜਿਸਟਰੀ ਗਲਤ ਲਿਖੀ ਹੋਈ ਹੈ ਦੁਬਾਰਾ ਲਿਖਾ ਕੇ ਲਿਖੋ ਇੱਕ ਵਾਰੀ ਲਾਈਨ 'ਚੋਂ ਨਿਕਲ ਗਿਆ ਫਿਰ ਦੁਬਾਰਾ ਲਾਈਨ 'ਚ ਲੱਗਣ ਵਾਸਤੇ ਟਾਈਮ ਲੱਗੂਗਾ ਤਾਂ ਨਾਲ ਹੀ ਉਹਦਾ ਜਿਹੜਾ ਸਟਾਫ ਦੇ ਮੈਂਬਰ ਸੀ ਉੱਥੇ ਉਹ ਉਹਨੂੰ ਕਹਿੰਦੇ ਸੀ ਅੱਛਾ ਤਾਂ ਉਹ ਗਲਤ ਲਿਖਾਈ ਫਿਰਦਾ ਤੂੰ ਐਂ ਕਰ ਉਹ 3 ਨੰਬਰ 'ਤੇ ਫਲਾਨਾ ਸਿੰਘ ਬਹਿੰਦਾ 3 ਨੰਬਰ ਬੂਥ 'ਤੇ ਉੱਥੋਂ ਲਿਖਾ ਲਾ ਉਹ 3 ਨੰਬਰ ਵਾਲੇ ਫਲਾਨਾ ਸਿੰਘ ਕੋਲ ਚਲਾ ਗਿਆ ਉਹ ਕਹਿੰਦਾ ਕਿੱਥੋਂ ਲਿਖਾ ਲਈ ਇਹ ਤਾਂ ਬਹੁਤ ਗਲਤ ਲਿਖੀ ਹੋਈ ਹੈ ਇਹ ਅੱਜ ਨਹੀਂ ਹੋਣੀ ਫਿਰ ਉਹ ਕਹਿੰਦਾ ਨਹੀਂ ਯਾਰ ਕਰਾ ਦੇ ਕਰਾ ਤਾਂ ਦਿੰਦੇ ਹਾਂ ਅੱਜ ਚੱਲ ਫਿਰ ਐਂ ਕਰ ਉਹ 14 ਨੰਬਰ ਕਮਰੇ 'ਚ ਫਲਾਨਾ ਸਿੰਘ ਬਹਿੰਦਾ ਉਹਦੇ ਕੋਲ ਜਾਇਆ ਉਹ 14 ਨੰਬਰ ਕਮਰੇ 'ਚ ਗਿਆ ਉਹ ਕਹਿੰਦਾ ਵੀ ਅੱਛਾ ਕਿੰਨੇ ਲੱਖ ਦੇ ਇਹਦੇ 'ਚ ਇੰਨੇ ਦੇ ਦੇ ਉਹਨੇ ਪੈਸੇ ਲੈ ਲਏ 14 ਨੰਬਰ ਕਮਰੇ ਵਾਲੇ ਨੇ ਉਹਨੇ ਵਟਸਐਪ ਕਰਤਾ 3 ਨੰਬਰ ਵਾਲੇ ਨੂੰ ਜਿਹੜਾ ਲਿਖਦਾ ਉਹ ਜਿਹੜਾ ਲਿਖਦਾ ਸੀ ਉਹ ਰਜਿਸਟਰੀ ਸੀ ਲਿਖ ਦਿੰਦਾ ਸੀ ਵੀ ਪੈਸੇ ਆ ਗਏ ਕਿਵੇਂ ਉਹ ਤਾਂ ਜਿਹੜੀ ਲੈਂਗੁਏਜ ਹੈ ਉਹ ਵੀ ਅਸੀਂ ਹੁਣ ਕਰਾਂਗੇ ਠੀਕ ਵੀ ਪੰਜਾਬੀ 'ਚ ਲਿਖੋ ਜਾ ਰਜਿਸਟਰੀਆਂ ਉਹ ਉਰਦੂ 'ਚ ਹੈ ਬਾ ਹੁਕਮ ਬਾ ਰਕਬਾ ਬਾ ਰਕਮ ਬਾ ਵਸੂਲ ਲਿਖ ਦਿੰਦਾ ਸੀ ਉਹ ਅਤੇ ਜਦੋਂ ਤਹਿਸੀਲਦਾਰ ਕੋਲ ਜਾਂਦੇ ਸੀ ਉਹਨੂੰ ਪਤਾ ਸੀ ਚੌਥੀ ਲਾਈਨ 'ਚ ਲਿਖਦਾ ਉਹ ਚੌਥੀ ਲਾਈਨ ਪੜ੍ਹ ਲੈਂਦਾ ਸੀ ਬਾ ਰਕਮ ਬਾ ਵਸੂਲ ਉਹ ਕਹਿੰਦਾ ਹਾਂ ਹੁਣ ਠੀਕ ਹੈ ਰਜਿਸਟਰੀ ਬਿਲਕੁਲ ਫਿਰ ਉਹ ਦੋਨੇ ਫੜੇ ਪਹਿਲਾਂ ਤਾਂ ਉਹ 14 ਨੰਬਰ ਅਤੇ 3 ਨੰਬਰ ਫਿਰ ਉੱਥੋਂ ਪਤਾ ਲੱਗਿਆ ਇੱਕੋ ਗੱਲ ਤੋਂ ਪਤਾ ਲੱਗਿਆ ਉਹ ਹਰ ਰੋਜ਼ ਸ਼ਾਮ ਨੂੰ ਘਰੇ ਜਾਂਦੇ ਸੀ ਤਹਿਸੀਲਦਾਰ ਦੇ ਸਾਫ਼ ਕਰਨ ਵੀ ਅੱਜ ਕਿੰਨੇ ਭੇਜੇ ਸੀ ਉਸ ਗੱਲ ਤੋਂ ਫੜੇ ਗਏ ਉਸ ਗੱਲ ਤੋਂ ਫਿਰ ਤਹਿਸੀਲਦਾਰ ਫੜਿਆ ਦੇਖੋ ਜੀ ਕੀ ਉਹਨੇ ਕਿਹਨੂੰ ਲੁੱਟ ਲਿਆ ਜੀ ਉਹਨੇ ਲੁੱਟਿਆ ਕਿਹਨੂੰ ਆਪਣਿਆਂ ਨੂੰ ਗਰੀਬਾਂ ਨੂੰ ਮਸਾਂ ਵਿਚਾਰਾ ਰਜਿਸਟਰੀ ਵਾਸਤੇ ਕੋਈ ਪੈਸੇ ਇਕੱਠੇ ਕਰਦਾ ਉਹਨਾਂ ਤੁਸੀਂ ਸਾਈਨ ਕਰਨ ਦੀ ਤਨਖਾਹ ਦਿੰਦੀ ਹੈ ਗੌਰਮੈਂਟ ਤੁਹਾਨੂੰ ਕਿਹੜਾ ਮੁਫਤ ਕੰਮ ਕਰਾਉਂਦੇ ਆ ਸਾਨੂੰ ਆਪਣਿਆਂ ਨੇ ਲੁੱਟਿਆ ਜੀ ਸਭ ਤੋਂ ਦੁੱਖ ਦੀ ਗੱਲ ਇਹ ਹੈ ਆਪਣਿਆਂ ਨੇ ਲੁੱਟਿਆ ਲੋਹੇ ਦੀ ਅਤੇ ਸੋਨੇ ਦੀ ਦੁਕਾਨ ਆਪਸ 'ਚ ਇੱਕ ਦੂਜੇ ਦੇ ਸਾਹਮਣੇ ਸੀ ਬਾਜ਼ਾਰ 'ਚ ਅਤੇ ਥੋੜ੍ਹਾ ਲੋਹੇ ਦੇ ਵੀ ਵੱਜਦਾ ਸੀ ਥੋੜ੍ਹਾ ਸੋਨੇ ਦੇ ਵੀ ਵੱਜਦਾ ਸੀ ਇੱਕ ਦਿਨ ਇਕੱਠੇ ਹੋ ਗਏ ਲੋਹੇ ਨੇ ਕਿਹਾ ਯਾਰ ਥੋੜ੍ਹਾ ਤੇਰੇ ਵੀ ਪੈਂਦਾ ਥੋੜ੍ਹਾ ਮੇਰੇ ਵੀ ਪੈਂਦਾ ਕਹਿੰਦਾ ਹਾਂ ਸੋਨਾ ਕਹਿੰਦਾ ਯਾਰ ਮੈਨੂੰ ਇਹ ਦੱਸ ਥੋੜ੍ਹਾ ਤੇਰੇ ਪੈਂਦਾ ਥੋੜ੍ਹਾ ਮੇਰੇ ਪੈਂਦਾ ਤੂੰ ਜਦੋਂ ਤੇਰੇ ਥੋੜ੍ਹਾ ਪੈਂਦਾ ਸਾਰੇ ਬਾਜ਼ਾਰ 'ਚ ਤੇਰੀ ਚੀਕ ਸੁਣਦੀ ਹੈ ਯਾਰ ਉਹ ਖੜਕਾ ਆਉਂਦਾ ਇੰਨਾ ਮੇਰੇ ਵੀ ਥੋੜ੍ਹਾ ਪੈਂਦਾ ਤੂੰ ਮੇਰੀ ਆਵਾਜ਼ ਸੁਣੀਏ ਕਦੇ ਦੁਕਾਨ ਤੋਂ ਬਾਹਰ ਤਾਂ ਲੋਹਾ ਕਹਿੰਦਾ ਵੀਰੇ ਫਰਕ ਇਹ ਹੈ ਲੋਹੇ ਦਾ ਥੋੜ੍ਹਾ ਤੇਰੇ 'ਤੇ ਪੈਂਦਾ ਲੋਹੇ ਦਾ ਮੇਰੇ 'ਤੇ ਪੈਂਦਾ ਤੂੰ ਸੋਨਾ ਲੋਹਾ ਤੇਰੇ ਲਈ ਬਗਾਨਾ
बगैना का काम ही मारना कुटना है। शरीक है तेरे वास्ते सोना लोहा वो तेन कुटदा है। कहना मैनू दुख ज्यादा तह आ मेरिया चीक सारे बाजार सुनिया ने मैनू मेरे आपदे कुटते हैं लोहे में लोहा कुटदा है। दुख इस गल का पंजाब नू साडे अपने ने लुटे है किसी बगाने ने नहीं लुटे। हुणे लुट बंद करके आ मेरे बजुर्ग बैठे ने मेरे दादे की उम्र के दुनिया तो सब ने जाना है पर मैं इन्ना कुछ यकीन दवाना चाहना कि दुनिया तो जाने तो पहला थोड़िया तो अखा मैं दिखा दूंगा कि पंजाब पटड़ी चढ़ गया साड़ी परिवार पटड़ी चढ़ गया साड़ी कबीलदारी पटड़ी चढ़ गई। पानी भी साडा स्वच्छ होगा हरियाली भी साड़ी मनी जाऊगी हवा भी साड़ी बिल्कुल शुद्ध होगी ये साडा फर्ज बनता है। हुण आने वाले दिनों गिदड़विंडी उत्थे का जिहड़ा पुल है वो थले मिट्टी जमी पई है उहदे नाल हड़ आउंदे ने वो मिट्टी कढ़नी है तुस्सी दे बन दा इलाज करना है। तो हुणे तो लगे हुए ने असीं कहा भी झोना लगन तो पहला पहला सारिया जिहड़ियां हड़ां वाले पॉइंट ने वो साफ करो हुणे करो जो झोना लग जांदा उत्थे जेसीबी चलाउण नूं जगह नहीं बचदी। सो असीं पिछली बार घग्गर दे विच घग्गर हरेक साल मारदा जिहड़ा जांदा अपना उधरों छतराणे विच दी लहरा गागा मूनक विच दी सदूरगढ़ तक जांदा। इस बार असीं पिछली बार असीं पहले ही लाता घग्गर नूं पट के किनारे करते पहली बार घग्गर बिना मार करे लंघे जी पिछली बार ऐतकी भी नहीं होगा। सरकारां अज तक चंद नूं पानी देई जांदे जी नहरां चंद नूं बल नूं चाढ़न गल चलती है सातों घग्गर नहीं काबू होया हजे इच्छा शक्ति नहीं हैगी सी। हुण एस वाई एल की गल कर लैणी मैं भी गया खट्टर साहब नाल मीटिंग जल शक्ति मंत्री आए केंद्र दे मैं कहा जी तुसीं ऐ करो थानू मैं हैलीकॉप्टर ते लै जाना आनंदपुर साहब तो शुरू हुंदा है फाजिलका तक हैलीकॉप्टर ते मैं सतलुज दे उत्तों उत्तों दे लै जाना जिथे जे थानू ये लगे भी ये दरिया है उत्थों पानी लै लो। सतलुज कित्थे पानी है जी एक सूआ बन के रह गया जी एक नाले जिन्ना पानी है उस मैं रोज़ दो बारी इधर नूं लंघना दो बारी इधर नूं सतलुज पानी है नहीं जी उत्थों कितों नहर दे दी असीं तुहानू आपदे कोले पानी है नहीं साढ़े कोले। फिर वो मैनू दिखाउण लग गए कहिंदे भी सुप्रीम कोर्ट ने कहा मैं दिखाओ की कहा सुप्रीम कोर्ट ने कहा भी जां तां इह फैसला मन लो नहीं कोई होर हल कढ़ो मैं इह फैसला तां मनदे नहीं असीं कहिंदे फिर मैं होर भी लिखिआ होइआ हाँ कहिंदे होर दस्सो मैं कहा होर इहदे नां च ही है कहिंदे किवें मैं कहा हुण की कहिंदे हो एस वाई एल सतलुज यमुना लिंक सतलुज चो पानी लो यमुना तक लिंक करना है हरियाणे नूं पानी आए मैं कह इहनूं जी वाई एस एल कर लो यमुना चो पानी लो बाया हरियाणा सतलुज पा दो सानूं कोई इतराज नहीं उही यमुना जिहड़ी है बंगलादेश तक डोब दिंदी है जी बिहार डोब दिंदी है सारा यूपी डोब दिंदी है तुसीं यमुना चो शारदा नूं कढ रहे हो गुजरात तक इधरों करनाल बिजली इत्थे साडे नहीं पा सकते। वो कहिंदे जी चलो छड्डो जी तुसीं एस वाई एल ती रहो जी आ नवा स्यापा ना छेड़ दो मैं नहीं मैं तो दो सानू दो पानी सगो तो जदों पंजाब कट्ठा सीगा बाबा जी अज हरियाणा कहिंदा कि साडा यमुना च हिस्सा है जदों पंजाब कट्ठा सी सारा यमुना च भी हिस्सा सी साडा तो हिस्सा मानते नहीं वो चुन सतलुज च हिस्सा कहिंदे हैगा तुहाडा ये किवें हो सकदा जी। सो असी बूंद बूंद पानी का बचावांगे बूंद बूंद पैसे का एक एक पैसा बचावांगे और इस तरह खेतों च आना पाया खेतों च आवेंगे कितने होर जिते सत्था चना पाया सत्था च आवेंगे जिते बुलाओगे आवेंगे पंजाब की भलाई वास्ते और तुसी साथ दे जाओगे।